ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦੇ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਆਪਣੇ ਕੋਲ ਸੂਟ ਆ ਗਏ ਜੇ ਬੁਟੀਕ ਦੇ, ਜਿਹੜੇ ਆਪਣੇ ਰੈਡੀ ਹੋਏ ਆ, ਓਰੀਜਨਲ ਬੁਟੀਕ ਸੂਟ ਜਿਹਨੂੰ ਕਹਿੰਦੇ ਆ। ਅਤੇ ਬਹੁਤ ਜ਼ਿਆਦਾ ਸੋਹਣੇ ਕਲਰ ਕੰਟਰਾਸਟ, ਬਹੁਤ ਜ਼ਿਆਦਾ ਪਿਆਰੇ ਜੇ ਬੋਟਮ ਦੇ ਉੱਤੇ ਆਊਗਾ ਵਰਕ, ਹੈਵੀ ਵਰਕ ਨੇ ਸਾਰੇ ਸੂਟਾਂ 'ਤੇ ਵੀ ਅਤੇ ਬੋਟਮ ਦੇ ਉੱਤੇ ਵੀ। ਅਤੇ ਦੁਪੱਟੇ ਨਾਲ ਆ ਗਏ ਜੇ ਕੋਟਾ ਡੋਰੀਆ ਦੇ ਪਿਓਰ ਦੇ, ਚੈੱਕ ਕਰ ਲਿਓ ਕੁਆਲਿਟੀ। ਅਤੇ ਜਿਹੜੀ ਚੀਜ਼ ਆਪਾਂ ਦੱਸਾਂਗੇ ਪਿਓਰ, ਅਤੇ ਮਤਲਬ ਪਿਓਰ ਦੀ ਹੋਊਗੀ, ਬਾਕੀ ਇਹਦੇ 'ਚ ਕੋਈ ਇੱਦਾਂ ਦਾ ਨਹੀਂਗਾ ਕਿ ਇਹ 'ਚ ਕੋਈ ਮਿਕਸ ਆ ਜਾਂ ਕੁਛ ਮਿਲਾਵਟ ਆ। ਅਤੇ ਪਿੱਕ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਦਿੰਦਾ ਆ। ਇਹ ਡਿਜ਼ਾਈਨ ਜਿਹੜਾ ਹੈਗਾ ਬੜਾ ਸੁਪਰ ਡੁਪਰੇਟ ਰਿਹਾ ਹੈਗਾ, ਇਹ ਆ ਗਿਆ ਦੁਬਾਰੇ ਆਪਣੇ ਕੋਲ ਕੋਟਨ ਦੇ ਉੱਤੇ। ਕੁਆਲਿਟੀ ਜਿਹੜੀ ਆ ਬਹੁਤ ਜ਼ਿਆਦਾ ਸੁਪੀਰੀਅਰ ਕਰ ਦਿੱਤੀ ਇਹਦੀ ਇਸ ਵਾਰੀ। ਆਪਾਂ ਪਹਿਲਾਂ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਕੱਪੜਾ ਜਿਹੜਾ ਹੈਗਾ ਕੁਆਲਿਟੀ ਨੂੰ ਲੈ ਕੇ ਥੋੜ੍ਹੀ ਜਿਹੀ ਹੈਗੀ ਉਹਦੇ ਵਿੱਚ ਇਸ਼ੂ, ਉਹਦਾ ਕਾਰਨ ਇਹ ਹੀ ਰੇਟ ਘੱਟ ਸੀ ਉਹਦਾ, ਉਹ ਹੈਗਾ ਸੀਗਾ ਸਿਰਫ 850 ਰੁਪਈਆਂ ਦੇ ਵਿੱਚ, ਕਿਉਂਕਿ ਇੰਨਾ ਜ਼ਿਆਦਾ ਵਰਕ, ਇੰਨਾ ਜ਼ਿਆਦਾ ਹੈਵੀ ਬੋਟਮ ਦੇ ਉੱਤੇ ਵਰਕ ਪਲੱਸ ਦੁਪੱਟਿਆਂ ਦੇ ਉੱਤੇ ਵਰਕ, ਇੰਨੀ ਕੁ ਰੇਂਜ ਦੇ ਵਿੱਚ ਜਿਹੜਾ ਸੂਟ ਸੀਗਾ ਉਹ ਬਹੁਤ ਟੌਪ ਦਾ ਹੈਗਾ ਅਕੋਰਡਿੰਗ ਟੂ ਰੇਂਜ। ਇਹ ਆ ਗਿਆ ਇਸ ਵਾਰੀ ਪਿਓਰ ਇਟਾਲੀਅਨ ਲੀਲਨ ਕੋਟਨ ਦੇ ਉੱਤੇ, ਸੋਫਟ ਕੋਟਨ ਹੈ, ਇਹਨੂੰ ਲਾਈਨਿੰਗ ਨਹੀਂ ਲੱਗਦੀ। ਅਤੇ ਕੱਪੜਾ ਜਿਹੜਾ ਆ ਬਹੁਤ ਜ਼ਿਆਦਾ ਜ਼ਬਰਦਸਤ ਆ, ਇਹਦੀ ਕੁਆਲਿਟੀ ਜਿਹੜੀ ਆ ਉਹ ਮੈਂ ਤੁਹਾਨੂੰ ਇੱਦਾਂ ਫੀਲ ਕਰਕੇ ਵਿਖਾ ਸਕਦਾ, ਬਾਕੀ ਤੁਸੀਂ ਦੁਕਾਨ 'ਤੇ ਆਣ ਕੇ ਆਪਣੇ ਹੱਥੀਂ ਚੈੱਕ ਕਰਕੇ ਲੈ ਕੇ ਜਾਓ। ਪੂਰੇ ਕੀ ਕਹਿੰਦੇ ਆ, ਗਰੰਟੀ ਦਿੰਦੇ ਆਪਾਂ ਇਹਨਾਂ ਇਹਨਾਂ ਚੀਜ਼ਾਂ ਦੀ ਡੰਕੇ ਦੀ ਚੋਟ 'ਤੇ। ਅਤੇ ਸੂਟ ਲਓ, ਬੁੱਕ ਕਰੋ, ਧੜਾ ਧੜ ਜਿਹੜੇ ਆ ਇਹਨਾਂ ਦੇ ਔਡਰ ਜਿਹੜੇ ਆਉਣ ਡਿਆ। ਅਤੇ ਇਹਦਾ ਰੇਟ ਹੈਗਾ ਜੀ ਅੱਜ ਦਾ 1175 ਰੁਪਈਏ। ਇਹ ਤੋਂ ਪਹਿਲਾਂ ਤੁਹਾਨੂੰ ਮੈਂ ਸੂਟ ਹੋਰ ਦਿਖਾਉਂਦਾ ਹਾਂ, ਫਿਰ ਆਪਾਂ ਦਿਖਾਉਂਦੇ ਹਾਂ ਇਹਨਾਂ ਨਾਲ ਦੇ ਸੂਟ ਬਾਕੀ ਵੀ। ਚੈੱਕ ਕਰੋ, ਇਹ ਆਊਗਾ ਜੇ ਕੱਪੜਾ ਪਿਓਰ ਕੋਟਨ ਦਾ, ਪਿਓਰ ਕੈਮਰੀ ਕੋਟਨ ਦਾ ਸੂਟ ਜੇ, ਬਹੁਤ ਜ਼ਿਆਦਾ ਸੋਫਟ ਕੱਪੜਾ ਜੇ। ਅਤੇ ਕਢਾਈ ਦਾ ਇਹਦੀ ਫਿਨਿਸ਼ਿੰਗ ਚੈੱਕ ਕਰੋ ਜੀ, ਇਹਦੇ ਡਿਜ਼ਾਈਨ ਫਿਨਿਸ਼ਿੰਗ ਸਾਰੀ ਐਵਰੀਥਿੰਗ ਜਿਹੜੀ ਚੀਜ਼ ਆ, ਡਿਟੇਲ ਜਿਹੜੀ ਆ ਉਹ ਤੁਸੀਂ ਚੈੱਕ ਕਰ ਸਕਦੇ ਜੇ। ਇਹਦੀ ਲੈਂਥ ਜਿਹੜੀ ਬਣਦੀ ਜੇ 42, 44, 46, ਜਿੱਥੋਂ ਤੱਕ ਮਰਜ਼ੀ ਤਿਆਰ ਕਰਾ ਲਓ, ਕਿਉਂਕਿ ਨੈੱਕ 'ਤੇ ਕੋਈ ਡਿਜ਼ਾਈਨ ਨਹੀਂ ਗਾ। ਅਤੇ ਪੂਰੀ 2.5 ਮੀਟਰ ਦੀ ਕੱਟ ਸ਼ਰਟ ਦੀ ਜੇ, ਅਤੇ 2.5 ਮੀਟਰ ਦੀ ਹੀ ਬੋਟਮ ਦੀ ਜੇ। ਅਤੇ ਬੋਟਮ ਦੇ ਉੱਤੇ ਡਿਜ਼ਾਈਨ ਵੇਖ ਲਓ, ਬਹੁਤ ਹੀ ਸੁਪਰ ਡੁਪਰ ਹੇਟ ਡਿਜ਼ਾਈਨ ਆ। ਆ ਲਓ ਜੀ, ਇਹ ਹੈਗਾ ਜੇ ਬੋਟਮ ਦੇ ਉੱਤੇ ਡਿਜ਼ਾਈਨ, ਵਾਈਨ ਸ਼ੇਡ ਦੀ ਬੋਟਮ ਜੇ। ਅਤੇ ਕੰਟਰਾਸਟ ਤੁਹਾਨੂੰ ਦਿਖਾਉਣਾ ਇਹਦਾ ਖੁਣੇ ਕਰਕੇ ਕਿੰਨਾ ਜ਼ਬਰਦਸਤ ਆ। ਆ ਲਓ ਜੀ, ਇਹੋ ਕੰਟਰਾਸਟ ਜਿਹੜਾ ਹੈਗਾ ਇਹ ਡਿਜ਼ਾਈਨ ਦੇ ਵਿੱਚ ਸੀਗਾ, ਜਿਹੜਾ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਇਹੋ ਡਿਜ਼ਾਈਨ ਸੇਮ, ਇਹੋ ਜਿਹੜਾ ਕੰਟਰਾਸਟ ਆ ਆਪਾਂ ਇਸ ਡਿਜ਼ਾਈਨ ਦੇ ਵਿੱਚ ਤਿਆਰ ਕਰਾ ਤਾ ਤੁਹਾਨੂੰ। ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਜੇ, ਇਹ ਹੈਗਾ ਜੇ ਪਿੰਕ ਸ਼ੇਡ ਦਾ ਪਿਓਰ ਦਾ, ਪਿਓਰ ਦਾ ਮਤਲਬ ਪਿਓਰ ਦਾ। ਅੱਜ ਤੁਹਾਨੂੰ ਜਿਹੜੀ ਚੀਜ਼ ਆਪਾਂ ਦੱਸਣੀ ਆ ਪੂਰੀ, ਆਪਾਂ ਕੀ ਕਹਿੰਦੇ ਹੁੰਦੇ ਆ ਡੰਕੇ ਦੀ ਚੋਟ 'ਤੇ ਕਹਾਂਗੇ ਕਿ ਜਿਹੜੀ ਚੀਜ਼ ਪਿਓਰ ਆ ਉਹ ਪਿਓਰ ਆ। ਚੈੱਕ ਕਰੋ ਹੱਥੀਂ ਆਪਣੇ ਆਣ ਕੇ ਦੁਕਾਨ ਤੋਂ, ਕੁਆਲਿਟੀ ਚੈੱਕ ਕਰਕੇ ਲੈ ਜਾਓ, ਔਨਲਾਈਨ ਮੰਗਾ ਲਓ। ਰੇਟ ਮਿਲੂਗਾ ਤੁਹਾਨੂੰ 1175 ਰੁਪਈਏ, ਸ਼ਿਪਿੰਗ ਹੋਊਗੀ ਫ੍ਰੀ। ਚੈੱਕ ਕਰੋ ਕੁਆਲਿਟੀ ਬਹੁਤ ਜ਼ਬਰਦਸਤ ਜੇ, ਰੇਟ ਜਿਹੜਾ ਜੇ ਸਿਰਫ 1175 ਰੁਪਈਏ। ਅਤੇ ਕਲਰ ਕੰਟਰਾਸਟ ਜਿਹੜੇ ਆ ਉਹ ਚੈੱਕ ਕਰੀ ਜਾਇਓ। ਆ ਲਓ ਜੀ, ਅਗਰ ਜਿਹੜਾ ਨੈਕਸਟ ਕਲਰ ਆ ਇਹ ਵੀ ਚੈੱਕ ਕਰੋ ਯਾਰੀ, ਕੌਣ ਇਹਦਾ ਕੰਟਰਾਸਟ ਵੀ ਵੇਖੋ। ਆ ਲਓ ਜੀ, ਇਹ ਤੁਹਾਨੂੰ ਕੰਟਰਾਸਟ ਜਿਹੜੇ ਆ ਇਹ ਕਿਤੇ ਵੀ ਨਹੀਂ ਮਿਲਣੇ ਤੁਹਾਨੂੰ, ਨਾ ਔਨਲਾਈਨ ਨਾ ਆਫਲਾਈਨ। ਅਤੇ ਇੰਨੀ ਕੁਆਲਿਟੀ ਜ਼ਬਰਦਸਤ ਦੇ ਨਾਲ ਅਤੇ ਘੈਂਟ ਰੇਟਾਂ ਦੇ ਨਾਲ ਸੂਟ ਮਿਲਣਗੇ ਤੁਹਾਨੂੰ ਸਿਰਫ ਅਤੇ ਸਿਰਫ 1175 ਰੁਪਈਆਂ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਸੀ ਅੱਜ ਤੁਹਾਨੂੰ ਕਢਾਈਆਂ ਦੇ ਮੁੱਲ ਦੇ ਵਿੱਚ ਪੂਰੇ ਸੂਟ ਮਿਲ ਜਾਣੇ ਆ, ਪਿਓਰ ਦੁਪੱਟੇ ਨਾਲ। ਪਿਓਰ ਦੁਪੱਟਾ ਜਿਹੜਾ ਹੋਊਗਾ, ਪਿਓਰ ਦਾ ਮਤਲਬ ਪਿਓਰ ਦਾ ਹੀ ਹੋਊਗਾ। ਅਤੇ ਕੈਮਰੀ ਕੋਟਨ ਦਾ ਸੂਟ ਜੇ, ਕੈਮਰੀ ਕੋਟਨ ਦੀ ਹੀ ਸ਼ਰਟ ਅਤੇ ਕੈਮਰੀ ਕੋਟਨ ਦੀ ਬੋਟਮ। ਕੰਟਰਾਸਟ ਜਿਹੜੇ ਜੇ ਬਹੁਤ ਜ਼ਿਆਦਾ ਜ਼ਬਰਦਸਤ ਜੇ। ਆ ਲਓ ਜੀ, ਇਹ ਵੀ ਚੈੱਕ ਕਰੋ, ਇਹ ਆ ਗਿਆ ਜੇ ਕੋਪਰ ਸ਼ੇਡ।
ਤੇ ਕਾਪਰ ਦੇ ਨਾਲ ਕੰਟਰਾਸਟ ਹੈਗਾ ਜੇ ਮਹਿੰਦੀ ਸ਼ੇਡ ਦਾ, ਤੇ ਨਾਲ ਦੁਪੱਟਾ ਹੈਗਾ ਜੇ ਫਿਰੋਜ਼ੀ ਇਹਦੇ। ਕੰਟਰਾਸਟ ਡਿਜ਼ਾਈਨ ਕਢਾਈ ਸਾਰਾ ਕੁਝ ਜਿਹੜਾ ਆ ਇਹਦਾ ਪੂਰਾ ਟੋਪ ਕੁਆਲਿਟੀ ਆ ਘੈਂਟ। ਤੇ ਇਹ ਹੈਗਾ ਜੇ ਨਾਲ ਇਹਦੇ ਦੁਪੱਟਾ ਪੂਰਾ ਫੁੱਲ ਪਿਓਰ ਦਾ, ਢਾਈ ਢਾਈ ਮੀਟਰ ਦੀ ਕੱਟ ਦੇ ਨਾਲ ਜੇ ਦੋਵੇਂ ਚੀਜ਼ਾਂ, ਸ਼ਰਟ ਢਾਈ ਦੀ ਵੀ, ਬੋਟਮ ਵੀ ਢਾਈ ਦੀ, ਪਲੱਸ ਦੁਪੱਟਾ ਵੀ ਢਾਈ ਦਾ। ਇਹ ਹੈਗੇ ਸੀ ਜੇ ਆਪਣੇ ਕੋਲ ਤਿੰਨ ਕਲਰ, ਅਤੇ ਕੰਟਰਾਸਟ ਹੈਗੇ ਸੀ ਜੇ ਜ਼ਬਰਦਸਤ। ਇਹ ਜਿਹੜੇ ਆ ਇਹ ਤੁਹਾਨੂੰ ਹੋਲਸੇਲ 'ਚ ਵੀ ਮਿਲ ਜਾਣਗੇ ਅਤੇ ਰਿਟੇਲ 'ਚ ਵੀ ਮਿਲ ਜਾਣਗੇ। ਰਿਟੇਲ ਦਾ ਰੇਟ ਹੈਗਾ ਜੇ 1175 ਰੁਪਈਏ, ਜਿਹੜਾ ਕਿ ਹੋਲਸੇਲ ਵਾਲਾ ਰੇਟ ਹੀ ਆ। ਅਤੇ ਆਹ ਲਓ ਜੀ, ਇਹ ਆ ਗਏ ਜੇ ਆਪਣੇ ਕੋਲ ਨਵੇਂ ਕੰਟਰਾਸਟ ਡਿਜ਼ਾਈਨ ਆ ਗਿਆ ਸੇਮ। ਇੱਕ ਕੰਟਰਾਸਟ ਜਿਹੜਾ ਸੀਗਾ ਉਹ ਆਪਣੇ ਕੋਲ ਆ ਸੀਗਾ ਪਹਿਲਾਂ, ਜਿਹੜਾ ਉਹ ਆਹ ਕੰਟਰਾਸਟ ਆ ਗਿਆ। ਇੱਕ ਆਪਣੇ ਕੋਲ ਕੋਪਰ ਸ਼ੇਡ ਦੇ ਨਾਲ ਨਾਲ ਆ ਗਈ ਮਸਟਰਡ ਕਲਰ ਦੀ ਬੋਟਮ ਇਹਦੇ। ਦੁਪੱਟਾ ਆ ਗਿਆ ਕੋਟਾ ਡੋਰੀਆ ਦਾ, ਪੂਰਾ ਟੂ ਸਾਈਡ ਵਰਕ ਅਤੇ ਘੈਂਟ ਦੁਪੱਟਾ ਜੇ। ਅਤੇ ਆਹ ਲਓ ਜੀ, ਹੁਣ ਇਹਦੇ ਵਿੱਚ ਤੁਹਾਨੂੰ ਮੈਂ ਦੂਜਾ ਕੰਟਰਾਸਟ ਚੈੱਕ ਕਰਾਉਂਦਾ। ਇਹ ਆ ਗਿਆ ਫਿਰੋਜ਼ੀ ਦੇ ਨਾਲ ਗਾਜਰੀ ਸ਼ੇਡ ਦਾ ਕੰਟਰਾਸਟ, ਬਹੁਤ ਹੀ ਪਿਆਰਾ ਅਤੇ ਬਹੁਤ ਘੈਂਟ ਕੰਟਰਾਸਟ ਜੇ। ਇਹ ਵੀ ਢਾਈ ਢਾਈ ਮੀਟਰ ਦੀ ਕੱਟ ਦੇ ਨਾਲ ਆਉਣਗੇ ਜੇ। ਇਹਦੇ 'ਚ ਵੀ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਲਓ, ਕਿਉਂਕਿ ਘੇਰੇ 'ਤੇ ਲੈਂਥ 'ਤੇ ਕੋਈ ਵੀ ਨੈੱਕ 'ਤੇ ਕੋਈ ਡਿਜ਼ਾਇਨ ਨਹੀਂ ਇਹਦਾ ਹੈਗਾ, ਜਿੱਦਾਂ ਦਾ ਮਰਜ਼ੀ ਤੁਸੀਂ ਡਿਜ਼ਾਇਨ ਜਿਹੜਾ ਇਹਨੂੰ ਬਣਾ ਸਕਦੇ ਜੇ। ਆਹ ਹੈਗਾ ਜੇ ਕੋਟਾ ਡੋਰੀਆ ਦਾ ਦੁਪੱਟਾ, ਡਬਲ ਸਾਈਡ 'ਤੇ ਆਊਗਾ ਜੇ ਕੱਟ ਵਰਕ। ਇਸ ਤੋਂ ਬਾਅਦ ਜਿਹੜਾ ਆਉਣਾ ਜੇ ਕੰਟਰਾਸਟ, ਉਹ ਵੀ ਬਹੁਤ ਪਿਆਰਾ ਜੇ। ਇਹ ਕੰਟਰਾਸਟ ਸੇਮ ਇਸੇ ਸੂਟ ਨਾਲ ਦਾ ਆ। ਇਹਦੇ ਵਿੱਚ ਸ਼ਰਟ ਜਿਹੜੀ ਆ ਉਹ ਹੈਗੀ ਆ ਕੋਪਰ ਦੀ, ਅਤੇ ਬੋਟਮ ਹੈਗੀ ਆ ਇਹਦੇ ਵਿੱਚ ਮਸਟਰਡ ਕਲਰ ਦੀ। ਅਤੇ ਇਹਦੇ 'ਚ ਉਲਟ ਕੰਟਰਾਸਟ ਆਊਗਾ, ਇਹਦੇ 'ਚ ਬੋਟਮ ਆਊਗੀ ਕੋਪਰ ਸ਼ੇਡ ਦੀ, ਅਤੇ ਸ਼ਰਟ ਆਊਗੀ ਮਸਟਰਡ ਸ਼ੇਡ ਦੀ। ਇਹਦੇ 'ਚ ਦੁਪੱਟਾ ਜਿਹੜਾ ਮਸਟਰਡ ਆ, ਇਹਦੇ 'ਚ ਦੁਪੱਟਾ ਆਊਗਾ ਕੋਪਰ। ਇਹ ਵੀ ਤੁਸੀਂ ਜਿਹੜਾ ਜੇ ਸਕਰੀਨਸ਼ੋਟ ਲੈ ਕੇ ਬੁੱਕ ਕਰ ਸਕਦੇ ਜੇ। ਨੰਬਰ ਤੁਹਾਡੇ ਕੋਲ ਮੇਰਾ ਸਾਰਿਆਂ ਕੋਲ ਹੈਗਾ ਹੀ ਆ, ਨਹੀਂ ਤਾਂ ਮੈਂ ਰਿਪੀਟ ਕਰ ਦਿੰਦਾ ਹਾਂ, 9878752682 9875826 ਇੱਥੇ ਤੁਸੀਂ ਮੈਸੇਜ ਕਾਲ ਕਰਕੇ ਅਤੇ ਆਪਣਾ ਜਿਹੜਾ ਔਡਰ ਜੇ ਬੁੱਕ ਕਰ ਸਕਦੇ ਜੇ। ਅਤੇ ਇਹ ਬਿਲਕੁਲ ਓਰੀਜਨਲ ਬੁਟੀਕ ਸੂਟ ਜੇ, ਜਿਹੜੇ ਆਪਣੇ ਰੈਡੀ ਹੋਏ ਆ। ਅਤੇ ਕੱਪੜੇ ਦੀ ਕੁਆਲਿਟੀ ਜਿਹੜੀ ਜੇ ਬਹੁਤ ਜ਼ਬਰਦਸਤ ਜੇ, ਪਿਓਰ ਇਟਾਲੀਅਨ ਲੀਨਨ ਕੋਟਨ ਜਿਹੜਾ ਫੈਬਰਿਕ ਜੇ। ਆ ਲਓ ਜੀ, ਆ ਵੀ ਕੰਟਰਾਸਟ ਜਿਹੜਾ ਜੇ, ਇਹ ਵੀ ਚੈੱਕ ਕਰ ਲਓ। ਇਹ ਵੀ ਪਹਿਲਾਂ ਜਿਹੜਾ ਵੇਖਿਆ ਤੁਸੀਂ ਫਿਰੋਜ਼ੀ ਸ਼ਰਟ ਸੀਗੀ ਅਤੇ ਗਾਜਰੀ ਬੋਟਮ ਸੀ, ਇਸ ਵਾਰੀ ਇਹਦੇ ਵਿੱਚ ਆ ਗਈ ਗਾਜਰੀ ਸ਼ਰਟ ਫਿਰੋਜ਼ੀ ਬੋਟਮ ਅਤੇ ਪਲੱਸ ਕੋਟਾ ਡੋਰੀਆ ਦੁਪੱਟੇ ਦੇ ਨਾਲ। ਕੰਟਰਾਸਟ ਬਹੁਤ ਪਿਆਰਾ ਜੇ ਇਹਦਾ ਵੀ। ਹੈਲੋ, ਇਹ ਸੀਗਾ ਆਪਣੇ ਕੋਲ ਲਾਸਟ ਸੂਟ, ਐਂਡ ਸੂਟ ਅਤੇ ਐਂਡ ਲੈਸ ਸੂਟ ਜਿਹੜੇ ਕੰਟਰਾਸਟ ਬਣਾਏ ਸੀਗੇ ਆਪਾਂ ਪਹਿਲਾਂ ਇਹਨਾਂ ਸੂਟਾਂ ਦੇ ਵਿੱਚ। ਉਹ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ, ਬਹੁਤ ਜ਼ਿਆਦਾ ਪਸੰਦ ਕੀਤੇ ਸੀ। ਇਸ ਵਾਰੀ ਕੰਟਰਾਸਟ ਕਲਰ ਜਿਹੜੇ ਆਪਾਂ ਥੋੜ੍ਹੇ ਜਿਹੇ ਚੇਂਜ ਕੀਤੇ ਆ, ਅਤੇ ਆਸ ਕਰਦੇ ਹਾਂ ਕਿ ਤੁਸੀਂ ਓਨਾ ਹੀ ਪਿਆਰ ਦਿਓਗੇ, ਉੱਦਾਂ ਹੀ ਪਸੰਦ ਕਰੋਗੇ। ਕੁਆਲਿਟੀ ਜਿਹੜੀ ਆਪਾਂ ਕਰ ਦਿੱਤੀ ਜੇ ਸੁਪਰ ਤੋਂ ਵੀ ਉੱਪਰ ਦੀ। ਅਸੀਂ ਇਹੋ ਗੱਲ ਇੱਕੋ ਗੱਲ ਕਹਿੰਦੇ ਨੇ, ਗਰੰਟੀ ਸਾਡੀ ਕੀ ਆ? ਗਰੰਟੀ ਸਾਡੀ ਇਹ ਆ ਕਿ ਤੁਸੀਂ ਦੁਕਾਨ 'ਤੇ ਆਓ, ਵਿਜ਼ਿਟ ਕਰੋ, ਆਪਣੇ ਹੱਥਾਂ ਨਾਲ ਕੱਪੜਾ ਚੈੱਕ ਕਰੋ, ਫਿਰ ਲੈ ਕੇ ਜਾਓ। ਜੇ ਤੁਸੀਂ ਸਾਡੇ ਡਰੈਸ ਕਰਦੇ ਜੇ, ਔਨਲਾਈਨ ਆਰਡਰ ਕਰੋ ਅੱਖਾਂ ਬੰਦ ਕਰਕੇ। ਆਪਾਂ ਤੁਹਾਡੇ ਦੀ ਸੂਟ ਸੋਹਣੇ ਸੋਹਣੇ ਲੈ ਕੇ ਆਵਾਂਗੇ ਅਤੇ ਤੁਹਾਨੂੰ ਪੂਰਾ ਕਿਉਂ ਦਿੰਦੇ ਆ ਸੈਟਿਸਫੈਕਸ਼ਨ ਦੇਵਾਂਗੇ, ਕੱਪੜੇ ਦੀ ਕੁਆਲਿਟੀ ਦੀ ਪਲੱਸ ਰੇਟ ਦੀ। ਅਤੇ ਆ ਜਾਓ, ਤੁਹਾਨੂੰ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਅਗਲੇ ਲਾਈਵ ਦੇ ਵਿੱਚ। ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਟੇਕ ਕੇਅਰ, ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ।